ਅੱਛਾ ਵੀਰ ਉਹ ਪੱਖਾ ਕਹਿੰਦੇ ਪਿਆ ਸੀ ਪੱਖਾ ਉਹਨਾਂ ਰੈਟ ਮੁਕੇ ਨੇ ਇਹਨੂੰ ਥੋੜ੍ਹੀ ਅਸਲਾਮ ਅਲੈਕਮ ਮੈਂ ਮੁਹੰਮਦ ਸਲੀਮ ਅਤੇ ਤੁਸੀਂ ਦੇ ਯੂਟਿਊਬ ਚੈਨਲ ਸਲੀਮ ਰਿਜ਼ਵੀ ਅਫੀਸ਼ਲ ਅੱਛਾ ਵੀਰ ਫਾਈਨਲੀ ਅੱਜ ਤੱਕ ਪਤਾ ਸ਼ਹਿਰ ਵੇਂਦਾ ਪਿਆ ਆਪਣੇ ਖਾਨ ਮਿਲੇ ਅਤੇ ਕੰਮ ਹੀ ਹੈ ਥੋੜ੍ਹਾ ਕੰਮ ਹੀ ਕਰੇ ਨੂੰ ਅਤੇ ਤੁਹਾਨੂੰ ਵੱਡਾ ਮਾਹੌਲ ਲਿਖੇ ਨੂੰ ਕਿਉਂਕਿ ਈਦ ਮੋਗੀ ਹੈ ਹੁਣ ਤਾਂ ਰਸ਼ਤਾ ਉਸੇ ਹੀ ਗਿਆ ਨਾ ਸ਼ਹਿਰ 'ਚ ਅਤੇ ਬਾਕੀ ਜਦੋਂ ਤੁਹਾਨੂੰ ਮਾਹੌਲ ਲਿਖੇ ਦਾ ਅਤੇ ਹਾਲੀ ਵੀਰ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਹੀਂ ਕੀਤਾ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਗਏ ਨੂੰ ਯਾਰ ਬੈਲ ਆਈਕਨ ਨੂੰ ਦਬਾਓ ਜਾ ਤਾਂ ਕਿ ਬੈਲ ਆਈਕਨ ਦਾ ਫਾਇਦਾ ਇਹ ਹੁੰਦਾ ਕਿ ਮੈਂ ਜਦੋਂ ਨਹੀਂ ਵੀਡੀਓ ਅਪਲੋਡ ਕਰੇ ਸਾਂ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਸੇ ਅਤੇ ਬਾਕੀ ਜਲਦੋ ਆ ਗਰਮੀ ਵੀ ਬਾਹਰ ਕਾਫੀ ਸਾਰੀ ਹੈ 40 ਡਿਗਰੀ ਹੈ ਕਿਉਂਕਿ ਰਾਤ ਅਸਾਂ ਬਾਰਿਸ਼ ਰਹਿ ਗਈ ਹੈ ਬਾਰਿਸ਼ 40-45 ਮਿੰਟ ਬਾਰਿਸ਼ ਦੀ ਹੈ ਅਤੇ ਇਤਨਾ ਡਾਢੀ ਬਾਰਿਸ਼ ਦੀ ਹੈ ਜਦ ਆ ਗਿਆ ਹਵਾ ਆਈ ਅਤੇ ਬਾਰਿਸ਼ ਆਈ ਇਸ ਵਜ੍ਹਾ ਤੋਂ ਲੇਟ ਸ਼ਹਿਰ ਵੇ ਦੇ ਕੰਮ ਹੀ ਐਵੇਂ ਮੈਂ ਕੰਮ ਨਹੀਂ ਦੱਸਿਆ ਨਾ ਕੰਮ ਨਹੀਂ ਮੈਂ ਦੱਸਿਆ ਸਾ ਤੁਹਾਨੂੰ ਸਰਪ੍ਰਾਈਜ਼ ਦੇ ਗਈ ਸਰਪ੍ਰਾਈਜ਼ ਅੱਛਾ ਵੀਰ ਸ਼ਹਿਰ ਤਾਂ ਅਲਹਮਦੁਲਿਲਾ ਪੁੱਜੇ ਸੇ ਲੇਕਿਨ ਬਾਰਿਸ਼ ਜੋ ਥਈ ਨਾ ਉਹਨਾਂ ਕਾਫੀ ਹੈ ਕਿਉਂਕਿ ਰਾਸਤੇ ਤੱਕ ਪਤਾ ਸ਼ਹਿਰ ਦੇ ਹੁੰਦੇ ਹੀ ਹੈ ਜੇ ਲੇਕਿਨ ਦੁਕਾਨਾਂ ਅਲਹਮਦੁਲਿਲਾ ਖੁੱਲੀਆਂ ਪੈਣ ਬਾਕੀ ਵੀਰ ਦੇਖੋ ਕਾਫੀ ਕਾਫੀ ਸਾਰੀ ਪਾਣੀ ਵੀ ਪਾਣੀ ਪਾਣੀ ਵੀ ਪਾਣੀ ਯਾਰ ਪਾਣੀ ਦੇ ਵਿੱਚੋਂ ਕਿਵੇਂ ਗਿੱਧੀ ਮਤਲਬ ਸ਼ਹਿਰ ਮੇ ਨਾ ਖਾਨ ਮੇਲਾ ਵਿਵਾਹ ਅੱਛਾ ਵਿਵਾਹ ਅਸਾਂ ਤੁਹਾਨੂੰ ਮੈਂ ਹਾਲ ਦੱਸੇ ਤਾਂ ਨਹੀਂ ਦੱਸੇ ਸਾਂ ਉਹ ਵੇਲੇ ਜਿਹਦੇ ਵੇਲੇ ਕੁਝ ਗਿਣਨੀ ਹੈ ਕੁਝ ਗਿਣਾਉਣਾ ਹੈ ਮੇਨ ਮਕਸਦ ਹੈ ਲੇਕਿਨ ਫਿਲਹਾਲ ਸਾਡਾ ਇੱਥੇ ਸੇਠ ਹੈ ਸਾਂ ਉੱਥੇ ਹੀ ਆ ਗਏ ਹੋ ਥੋੜ੍ਹੀ ਦੇਰ ਬਾਅਦ ਮਿਲ ਦੋ ਅੱਛਾ ਵੀਰ ਸ਼ਹਿਰ ਤਾਂ ਅਲਹਮਦੁਲਿਲਾ ਪੁੱਜੇ ਸੇ ਲੇਕਿਨ ਬਾਰਿਸ਼ ਜੋ ਥਈ ਨਾ ਉਹਨਾਂ ਕਾਫੀ ਹੈ ਕਿਉਂਕਿ ਰਾਸਤੇ ਤੱਕ ਪਤਾ ਸ਼ਹਿਰ ਦੇ ਹੁੰਦੇ ਹੀ ਹੈ ਜੇ ਲੇਕਿਨ ਦੁਕਾਨਾਂ ਅਲਹਮਦੁਲਿਲਾ ਖੁੱਲੀਆਂ ਪੈਣ ਬਾਕੀ ਵੀਰ ਦੇਖੋ ਕਾਫੀ ਕਾਫੀ ਸਾਰੀ ਪਾਣੀ ਵੀ ਪਾਣੀ ਪਾਣੀ ਵੀ ਪਾਣੀ ਯਾਰ ਪਾਣੀ ਦੇ ਵਿੱਚੋਂ ਕਿਵੇਂ ਗਿੱਧੀ ਮਤਲਬ ਸ਼ਹਿਰ ਮੇ ਨਾ ਖਾਨ ਮੇਲਾ ਵਿਵਾਹ ਅੱਛਾ ਵੀਰ ਅਸਾਂ ਤੁਹਾਨੂੰ ਮੈਂ ਹਾਲ ਦੱਸੇ ਤਾਂ ਨਹੀਂ ਦੱਸੇ ਸਾਂ ਉਹ ਵੇਲੇ ਜਿਹਦੇ ਵੇਲੇ ਕੁਝ ਗਿਣਨੀ ਹੈ ਕੁਝ ਗਿਣਾਉਣਾ ਹੈ ਮੇਨ ਮਕਸਦ ਹੈ ਲੇਕਿਨ ਫਿਲਹਾਲ ਸਾਡਾ ਇੱਥੇ ਸੇਠ ਹੈ ਸਾਂ ਉੱਥੇ ਹੀ ਆ ਗਏ ਹੋ ਥੋੜ੍ਹੀ ਦੇਰ ਬਾਅਦ ਮਿਲ ਦੋ